ਮੇਰਾ ਨਾਮ ਵੀਰੇ ਗੁਰਜੰਟ ਸਿੰਘ ਆ ਕਿ ਸਪੈਸ਼ਲ ਓਲੰਪੀਆਡ ਦੇ ਵਿੱਚ ਕਿ ਮੈਂ ਹੈਂਡਬਾਲ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਵਾ ਅਤੇ ਇਹ ਮੇਰੀ ਸਾਰੀ ਫੈਮਿਲੀ ਆ ਜਿਨ੍ਹਾਂ ਨੇ ਮੇਰਾ ਸਵਾਗਤ ਕੀਤਾ ਮੇਰੇ ਘਰ ਆਉਣ 'ਤੇ ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ। ਕਿੱਥੇ ਗੇਮਾਂ ਹੋਈਆਂ ਸੀ ਜੀ? ਇਹ ਗੇਮਾਂ ਆਬੂ ਧਾਬੀ ਵਿੱਚ ਵੀਰੇ ਹੋਈਆਂ ਸੀ ਕਿ ਜੋ ਕਿ 14 ਤੋਂ 21 ਤਰੀਕ ਤੱਕ ਆਬੂ ਧਾਬੀ ਦੇ ਵਿੱਚ ਮੈਂ ਟੂਰਨਾਮੈਂਟ ਹੋਇਆ ਸੀ। ਹੋਰ ਵੀ ਗੇਮਾਂ ਵਿੱਚ ਹੈਗੀਆਂ ਸੀ, ਹੈਂਡਬਾਲ ਦੇ ਵਿੱਚ ਜੋ ਕਿ ਗੋਲਡ ਮੈਡਲ ਹਾਸਲ ਕੀਤਾ ਵਾ ਸਾਰੀ ਟੀਮ ਨੇ, ਅਤੇ ਉਹਦੇ ਵਿੱਚ ਮੈਂ ਕਿ ਆਪਣੇ ਵਰਲਡ ਦਾ ਬੈਸਟ ਪਲੇਅਰ ਵੀ ਨਵਾਜਿਆ ਗਿਆ ਮੈਨੂੰ। ਅਤੇ ਤੁਸੀਂ ਜਦੋਂ ਆਪਣੇ ਵਾਪਸ ਆਏ ਜੇ ਪੰਜਾਬ 'ਚ, ਇੰਡੀਆ ਵਾਪਸ ਆਏ ਜੇ, ਕਿ ਸਰਕਾਰ ਦਾ ਕੋਈ ਅਧਿਕਾਰੀ ਤੁਹਾਨੂੰ ਸਵਾਗਤ ਕਰਨ ਲਈ ਆਇਆ, ਕੋਈ ਮਿਲਣ ਆਇਆ ਹੋਵੇ? ਕੋਈ ਨਹੀਂ, ਇੱਦਾਂ ਕੋਈ ਵੀ ਨਹੀਂ ਆਇਆ ਕਿ ਮਿਲ ਕੇ ਮੈਨੂੰ ਮਿਲਣ। ਮੈਨੂੰ ਲੱਗਾ ਸੀ ਕਿ ਜਿੱਦਾਂ ਮੈਨੂੰ ਕੋਈ ਮਿਲਣ ਆਊਗਾ ਕਿ ਐਡੇ ਵੱਡੇ ਪੱਧਰ 'ਤੇ ਖੇਡਿਆ ਵਾਂ, ਇੱਥੋਂ ਤੱਕ ਕਿ ਕਿਸੇ ਨੇ ਵੀ ਮੇਰੀ ਮਤਲਬ ਸਹਾਇਤਾ ਨਹੀਂ ਕੀਤੀ ਜਾਂ ਕੋਈ ਮਿਲਣ ਨਹੀਂ ਆਇਆ, ਬੱਚਾ ਕੋਈ ਵੀ ਬੰਦਾ ਮੈਨੂੰ ਮਿਲਣ ਆਇਆ, ਲੀਡਰ ਤੱਕ ਵੀ ਨਹੀਂ ਕੋਈ ਮਿਲਣ ਆਇਆ। ਅਤੇ ਬਾਕੀ ਤੁਸੀਂ ਵੇਖ ਹੀ ਰਹੇ ਕਿ ਆਪਣਾ ਪਰਿਵਾਰ ਹੀ ਆਪਣੇ ਨਾਲ ਆ। ਜਿਹੜੀ ਤੁਸੀਂ ਗੇਮ ਖੇਡਦੇ, ਕਿੰਨਾ ਕੁ ਟੋਟਲ ਖਰਚਾ ਆ ਜਾਂਦਾ ਰਿਫਰੈਸ਼ਮੈਂਟ ਡਾਇਟ 'ਤੇ ਜਾਂ ਕੁਛ ਕਿੱਟਾਂ ਵਗੈਰਾ 'ਤੇ? ਹਾਂ, ਇਹਦੇ ਵਿੱਚ ਖਰਚਾ ਕਾਫੀ ਆ ਜਾਂਦਾ ਵਾ, ਪਰ ਮੈਂ 8 ਸਾਲ ਹੋ ਗਿਆ ਮੈਨੂੰ ਖੇਡਦੇ ਨੂੰ ਹੈਂਡਬਾਲ, ਜੋ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਵਿੱਚ ਖੇਡਦਾ ਵਾਂ। ਅਤੇ ਮੈਂ ਘਰੋਂ ਬਹੁਤ ਮੀਡੀਅਮ ਪਰਿਵਾਰ ਆਪਣਾ, ਅਤੇ ਕਿਸੇ ਟਾਈਮ ਮੈਂ ਬੱਸ ਰੇਲ 'ਤੇ ਜਾਂਦਾ ਰਿਹਾ ਗੱਡੀ 'ਤੇ, ਅਤੇ ਕਈ ਵਾਰ ਇੱਦਾਂ ਹੋਇਆ ਕਿ ਮੇਰੇ ਤੋਂ 10 ਰੁਪਈਏ ਵੀ ਨਹੀਂ ਹੁੰਦੇ ਕਿ ਮੈਂ ਖਾਲਸਾ ਕਾਲਜ ਵਿੱਚ ਸਪੈਸ਼ਲ ਖੇਡਣ ਲਈ ਜਾਂਦਾ ਹੁੰਦਾ, ਕਿ ਕੋਚ ਸਾਹਿਬ ਨੇ ਕਈ ਵਾਰ ਪੈਸੇ ਦੇਣੇ, ਅਤੇ ਉਹਨਾਂ ਵਿੱਚ ਆਪਾਂ ਇੱਥੋਂ ਤੱਕ ਪਹੁੰਚੇ ਕਿ 8 ਸਾਲ 9 ਸਾਲ ਇੱਦਾਂ ਹੀ ਨਿਕਲੇ ਆ ਜੀ। ਕੋਚ ਸਾਹਿਬ ਨੇ ਆਪਾਂ ਨੂੰ ਪ੍ਰੈਕਟਿਸ ਕਰਵਾਈ, ਉਹਨਾਂ ਨੇ ਥੋੜ੍ਹੇ ਬਹੁਤ ਸਹਾਇਤਾ ਕਰਕੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਹੈ। ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਮਾਲੀ ਸਹਾਇਤਾ ਸਰਕਾਰ ਵੱਲੋਂ ਮਿਲਣੀ ਚਾਹੀਦੀ ਸੀ? ਹਾਂ, ਲੱਗਦਾ ਜ਼ਰੂਰੀ ਕਿ ਚਲੋ ਥੋੜ੍ਹਾ ਬਹੁਤਾ ਕਿ ਸਰਕਾਰ ਕਰਦੀ, ਕਿ ਇੰਨੇ ਗਰੀਬ ਪਰਿਵਾਰ ਦੇ ਵਿੱਚੋਂ ਮੈਂ ਉੱਠਿਆ ਵਾਂ, ਕਿ ਕੋਈ ਵੀ ਹੁੰਦਾ ਪਲੇਅਰ ਕਿ ਇੱਕ ਗਰੀਬ ਘਰ ਤੋਂ ਉੱਠ ਕੇ ਇੰਨਾ ਐਡੇ ਵੱਡੇ ਲੈਵਲ 'ਤੇ ਖੇਡਣਾ, ਮੈਨੂੰ ਲੱਗਾ ਸੀ ਕਿ ਸ਼ਾਇਦ ਕਿ ਥੋੜ੍ਹਾ ਬਹੁਤ ਦੁਨੀਆ ਮੈਨੂੰ ਵੀ ਜਾਣਦੀ ਸੀ, ਅਤੇ ਪਰ ਮਤਲਬ ਅਦਰ ਸਟੇਟ ਵੀ ਮਿਲਿਆ। ਖਾਲਸਾ ਕਾਲਜ ਗਿਆ, ਉੱਥੇ ਪ੍ਰਿੰਸੀਪਲ ਨੇ ਮੇਰਾ ਵਧੀਆ ਸਵਾਗਤ ਕੀਤਾ, ਅਤੇ ਮਤਲਬ ਕਿ ਜੋ ਕਿ ਜਸਵੰਤ ਸਿੰਘ ਢਿੱਲੋਂ, ਉਹਨਾਂ ਨੇ ਹੀ ਮੇਰਾ ਸਵਾਗਤ ਵਧੀਆ ਕੀਤਾ, ਮਤਲਬ ਕਿ ਜੋ ਕਿ ਮੇਰੇ ਕੋਚ ਆ ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ। ਇਹ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਇੱਕ ਨੌਜਵਾਨ ਖਿਡਾਰੀ ਜਿਹੜੇ ਹੈਂਡਬਾਲ ਦੇ ਨੇ, ਗੁਰਜੰਟ ਸਿੰਘ ਜੀ ਪੁੱਤਰ ਸਤਨਾਮ ਸਿੰਘ, ਇਹ ਪਿੱਛੇ ਆਬੂ ਧਾਬੀ ਦੇ ਵਿੱਚ ਜਿਹੜੀਆਂ ਸਪੈਸ਼ਲ ਓਲੰਪਿਕ ਵਰਲਡ ਗੇਮਸ ਹੋਈਆਂ ਉਹਦੇ ਵਿੱਚ ਸੋਨੇ ਦਾ ਤਮਗਾ ਜਿਹੜਾ ਉਹ ਜਿੱਤ ਕੇ ਆਏ ਨੇ, ਅਤੇ ਉਹ ਅਸੀਂ ਅੱਜ ਪਰਿਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਵਧਾਈ ਦੇਣ ਦੇ ਵਾਸਤੇ ਇੱਥੇ ਪਹੁੰਚੇ ਹਾਂ, ਅਤੇ ਸਾਨੂੰ ਆਣ ਕੇ ਪਤਾ ਲੱਗਾ ਵਾ ਵੀ ਇਹਨੂੰ ਨਾ ਤਾਂ ਕਿਸੇ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਅਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਹੀ ਉਦੋਂ ਦਾ ਆਣ ਕੇ ਅਤੇ ਇਹਨਾਂ ਦੀ ਬਾਤ ਪੁੱਛੀ ਆ, ਨਾ ਵਧਾਈ ਦਿੱਤੀ ਆ, ਨਾ ਇਹਨਾਂ ਨੂੰ ਕੋਈ ਮਾਇਕ ਸਹਾਇਤਾ ਮਿਲੀ ਆ। ਅਸੀਂ ਸਮਝਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਖੇਡਾਂ ਦੇ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਵਾਸਤੇ ਜਿਹੜੇ ਅਜਿਹੇ ਨੌਜਵਾਨ ਜਿਹੜੇ ਵੱਡੀਆਂ ਵੱਡੀਆਂ ਮੱਲਾਂ ਮਾਰ ਕੇ ਆਏ ਨੇ, ਇਹ ਸਾਡੇ ਇੱਕ ਪੰਜਾਬ ਦੇ ਵਾਸਤੇ ਮਾਣ ਵਾਲੀ ਗੱਲ ਆ, ਜਿੱਥੇ ਪਰਿਵਾਰ ਅਤੇ ਇਲਾਕੇ ਦੇ ਮਾਣ ਵਾਲੀ ਗੱਲ ਹੈਗੀ ਆ, ਉੱਥੇ ਭਾਰਤ ਦੇ ਵਾਸਤੇ ਵੀ ਇੱਕ ਮਾਣ ਵਾਲੀ ਗੱਲ ਆ। ਸੋ ਪੰਜਾਬ ਸਰਕਾਰ ਨੂੰ ਅਤੇ ਭਾਰਤ ਸਰਕਾਰ ਨੂੰ ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਜਿਹੜੀ ਆ ਘੱਟੋ ਘੱਟ 1 ਕਰੋੜ ਰੁਪਏ ਦੀ ਜਿਹੜੀ ਆ ਉਹ ਮਾਇਕ ਸਹਾਇਤਾ ਜ਼ਰੂਰ ਦੇਣੀ ਚਾਹੀਦੀ ਆ, ਤਾਂ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਵਾ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੋ ਜਾਵੇ, ਅਤੇ ਅੱਗੇ ਤੋਂ ਜਿਹੜੇ ਇਹੋ ਜਿਹੇ ਨੌਜਵਾਨ ਆ ਉਹ ਉਤਸ਼ਾਹ ਦੇ ਨਾਲ ਦੇਸ਼ ਦੇ ਵਾਸਤੇ ਜਿਹੜਾ ਵਾ ਉਹ ਖੇਡਾਂ ਦੇ ਵਿੱਚ ਮੱਲਾਂ ਮਾਰਨ, ਤਾਂ ਕਿ ਸਾਡੇ ਪੰਜਾਬ ਦਾ ਨਾਂ ਰੋਸ਼ਨ ਹੋਵੇ, ਸਾਡੇ ਦੇਸ਼ ਦਾ ਨਾਂ ਜਿਹੜਾ ਉਹ ਦੁਨੀਆ ਦੇ ਵਿੱਚ ਰੋਸ਼ਨ ਹੋਵੇ। ਪੰਜਾਬ ਸਰਕਾਰ ਜਿਹੜੀ ਆ ਉਹ ਹੀ ਦੀਆਂ ਨੀਤੀਆਂ ਇਸ ਕਰਕੇ ਸਹੀ ਨਹੀਂ ਗਈਆਂ ਕਿ ਇਹਨਾਂ ਦੇ ਨਾਲ ਹੀ ਜਿਹੜਾ ਹਰਿਆਣੇ ਦੇ ਵਿੱਚ ਇਹਦੇ ਨਾਲ ਹੀ ਖੇਡ ਕੇ ਆਇਆ ਵਾ, ਉਹਨੂੰ ਹਰਿਆਣੇ ਸਰਕਾਰ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਦਿੱਤਾ ਗਿਆ, ਮਾਇਕ ਸਹਾਇਤਾ ਵੀ ਦਿੱਤੀ ਗਈ ਆ, ਪਰ ਸਾਡਾ ਉਦਣ ਦਾ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਇਹਨਾਂ ਦੀ ਬਾਤ ਪੁੱਛਣ ਨਹੀਂ ਆਇਆ। ਸੋ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਨੌਜਵਾਨਾਂ ਨੂੰ ਜਿਹੜਾ ਵਾ ਵੱਧ ਤੋਂ ਵੱਧ ਮਾਇਕ ਸਹਾਇਤਾ ਦੇ ਕੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਤਾਂ ਕਿ ਇਹ ਖੇਡਾਂ ਦੇ ਵਿੱਚ ਅੱਗੇ ਆਉਣ।